ਟਿਲ ਨਾਓ ਕਿਸੇ ਨੂੰ ਕੋਈ ਡਾਊਟ? ਪ੍ਰੋਟੀਨ ਦੀ ਸਕੋਰਿੰਗ ਕਿੱਥੋਂ ਹੋਏਗੀ? ਉਹਦੀ ਅਬਜ਼ੋਰਪਸ਼ਨ ਤੇ ਉਹਦੀ ਡਾਈਜੈਸ਼ਨ ਤੇ ਉਹਦੀ ਯੂਟੀਲਾਈਜੇਸ਼ਨ ਤੋਂ। ਅਗਰ ਕਿਸੇ ਪ੍ਰੋਟੀਨ ਦੀ ਵੇਸਟੇਜ ਜ਼ਿਆਦਾ ਆ, ਇਟ ਇਜ਼ ਨੋਟ ਏ ਗੁੱਡ ਪ੍ਰੋਟੀਨ। ਸਮਝ ਆ ਗਿਆ? ਹੁਣ ਤਾਂ ਨਹੀਂ ਟੀਵੀ ਦੀ ਐਡ ਦੇਖ ਕੇ ਦੁਕਾਨ ਨੂੰ ਤੁਰ ਪਾਓਗੇ ਚੀਜ਼ ਲੈਣ? ਨਹੀਂ ਨਹੀਂ, ਦੁਕਾਨ ਤੋਂ ਹੀ ਲੈਣੀ ਯਾਰ ਚੀਜ਼ ਤਾਂ, ਮਤਲਬ ਅੱਛੀ ਚੀਜ਼ ਲੈਣ ਜਾਓ। ਐਡਵਰਟਾਈਜ਼ਮੈਂਟ ਦਾ ਇਫੈਕਟ ਨਹੀਂ ਹੋਵੋਗੇ ਤੁਸੀਂ, ਠੀਕ ਹੈ। ਹੁਣ ਤੁਹਾਨੂੰ ਇੰਨੀ ਕੁ ਸਮਝ ਆ ਗਈ ਕਿ ਗੁੱਡ ਪ੍ਰੋਟੀਨ ਸੋਰਸਿਸ ਕਿਹੜੇ ਆ। ਓਕੇ, ਸੋ ਇੱਕ ਛੋਟਾ ਜਿਹਾ ਆਪਾਂ ਕੰਪੀਟੀਸ਼ਨ ਕਰਾ ਲਈਏ, ਠੀਕ ਹੈ। ਨੈਕਸਟ ਸਲਾਈਡ ਕੰਪੇਅਰ ਕਰੀਏ ਥੋੜਾ ਜਿਹਾ। ਸੋ ਇਨ ਦਿਸ ਫਸਟ ਸਲਾਈਡ ਵੀ ਆਰ ਗੋਇੰਗ ਟੂ ਕੰਪੇਅਰ ਐਗਸ ਐਂਡ ਚਿਕ ਪੀਸ। ਇੱਕ ਐਗ ਖਾਧਾ ਬੰਦੇ ਨੇ, ਇੱਕ ਖਾਧਾ ਚਿਕ ਪੀਸ ਦਾ ਬਾਊਲ 30 ਗ੍ਰਾਮ ਦਾ। ਦੋਨਾਂ 'ਚ 7 ਗ੍ਰਾਮ ਪ੍ਰੋਟੀਨ ਸੀ। ਐਗ ਦੀ ਬਾਇਓਲੋਜੀਕਲ ਵੈਲਿਊ 1, ਜਦਕਿ ਉਹਦੀ ਬਾਇਓਲੋਜੀਕਲ ਵੈਲਿਊ 0.5। ਪੀਡੀਕਾ ਸਕੋਰ ਦੇ ਵਿੱਚ ਐਗ ਦਾ ਸਕੋਰ ਆਇਆ 1, ਪੀਡੀਕਾ ਸਕੋਰ 'ਚ ਚਿਕ ਪੀਸ ਦਾ ਸਕੋਰ ਆਇਆ 0.78। ਡੀਆਰ ਸਕੋਰਿੰਗ ਵੀ ਸੇਮ, ਐਗ ਦਾ ਸਕੋਰ ਆਇਆ 1, ਡੀਆਰ ਸਕੋਰਿੰਗ ਦੇ ਵਿੱਚ ਚਿਕ ਪੀਸ ਨੇ ਸਕੋਰ ਕੀਤਾ 0.8। ਸੋ ਹੂ ਇਜ਼ ਦ ਵਿਨਰ ਓਵਰ ਹੇਅਰ? ਐਗ ਜਿੱਤ ਗਿਆ ਐਗ। ਚਲੋ ਨੈਕਸਟ ਸਲਾਈਡ, ਇੱਕ ਹੋਰ ਛੋਟਾ ਜਿਹਾ ਕੰਪੈਰੀਜ਼ਨ ਕਰ ਲਈਏ, ਇੱਕ ਹੋਰ ਟ੍ਰਿਪਲ ਥ੍ਰੈਟ ਮੈਚ ਲਾ ਲਈਏ। ਪੀਨਟਸ, ਟੋਫੂ ਐਂਡ ਚਿਕਨ ਬ੍ਰੈਸਟ। ਮੈਂ ਜ਼ਿਆਦਾ ਨੰਬਰਸ ਕ੍ਰੰਚ ਨਾ ਕਰਾਂ, ਹੂ ਇਜ਼ ਗੋਇੰਗ ਟੂ ਬੀ ਦ ਵਿਨਰ ਓਵਰ ਹੇਅਰ? ਚਿਕਨ ਬ੍ਰੈਸਟ। ਹੂ ਇਜ਼ ਗੋਇੰਗ ਟੂ ਬੀ ਦ ਲੂਜ਼ਰ ਓਵਰ ਹੇਅਰ? ਪੀਨਟਸ। ਅਨਫੋਰਚੂਨੇਟਲੀ ਸਾਡਾ ਪੀਨਟ ਹਾਰ ਗਿਆ ਯਾਰ, ਸ਼ਿਟ, ਪੀਨਟ ਬਟਰ ਹਾਰ ਗਿਆ। ਐਂਡ ਹੂ ਵਿਲ ਬੀ ਦ ਰਨਰ ਅਪ? ਟੋਫੂ। ਓਕੇ ਚਲੋ ਜੀ ਨੈਕਸਟ, ਕਿਸੇ ਨੇ ਕੋਈ ਹੋਰ ਫੂਡ ਦਾ ਤਾਂ ਨਹੀਂ ਕਰਾਉਣਾ ਵਾਰ? ਹੈ ਐਨੀ ਪ੍ਰੋਡਕਟ ਯੂ ਵਾਂਟ ਟੂ ਸੇ? ਅਗਰ ਅਗਰ ਔਰੇਂਜ ਵਰਸਿਸ ਪੀਨਟਸ ਹੋਊਗਾ ਫਿਰ ਕੌਣ ਜਿੱਤੇਗਾ? ਨਾਈਸ, ਗੁੱਡ ਵਨ। ਅਗਰ ਲੈਟਸ ਸੇ ਸੈਲਡ ਵਰਸਿਸ ਸਪਰਾਊਟਸ ਹੋਊਗਾ ਫਿਰ ਕੌਣ ਜਿੱਤੇਗਾ? ਅਗਰ ਸਪਰਾਊਟਸ ਵਰਸਿਸ ਫਿਸ਼ ਹੋਊਗਾ ਫਿਰ ਕੌਣ ਜਿੱਤੇਗਾ? ਅਗਰ ਐਗ ਵਰਸਿਸ ਚਿਕਨ ਹੋਊਗਾ ਤਾਂ ਕੌਣ ਜਿੱਤੂਗਾ? ਐਗ ਜਿੱਤੂਗਾ। ਪੀਡੀਕਾ ਸਕੋਰ ਦੇ ਵਿੱਚ ਚਿਕਨ ਵਾਸ 0.9, ਐਗ ਵਾਸ 1, ਬੜਾ ਹਲਕਾ ਜਿਹਾ ਮਾਰਜਿਨ ਆ, ਪਰ ਐਗ ਜਿੱਤ ਜਾਏਗਾ, ਠੀਕ ਹੈ ਨਾ। ਸੋ ਨੈਕਸਟ ਹੁਣ ਆ ਗਿਆ ਪ੍ਰੋਟੀਨ ਰਿਕੁਆਇਰਮੈਂਟ। ਓਕੇ, ਵੀਵ ਆਲ ਸੀਨ ਦੈਟ ਪਰਟੀਕੁਲਰ ਰੀਲਸ ਜਿਹਦੇ 'ਚ ਇੱਕ ਬਾਡੀ ਬਿਲਡਰ ਟੈਂਕ ਟੌਪ ਪਾ ਕੇ ਸਾਨੂੰ ਕਹਿੰਦਾ ਜਿਮ ਦੇ ਪਿੱਛੇ ਖੜੇ, ਜਿਮ ਦੇ ਵਿੱਚ ਖੜਾ ਹੋ ਕੇ, ਕਿ ਸਾਨੂੰ 1.2 ਗ੍ਰਾਮ ਪ੍ਰੋਟੀਨ ਪਰ ਕੇਜੀ ਮਿਨੀਮਮ ਚਾਹੀਦਾ। ਦੇਖੀ ਸਾਰਿਆਂ ਨੇ, ਕੋਈ 0.8 ਕਹਿੰਦਾ ਆ, ਕੋਈ 1 ਕਹਿੰਦਾ ਆ, ਕੋਈ 1.2 ਕਹਿੰਦਾ ਆ, ਕੋਈ 1.5 ਕਹਿੰਦਾ ਆ। ਇੰਨੇ ਗ੍ਰਾਮ ਪਰ ਕੇਜੀ, ਇੰਨੇ ਗ੍ਰਾਮ ਪਰ ਬਾਡੀ ਵੇਟ, ਜਾਂ ਕੇਜੀ ਨਹੀਂ ਕਹਿਣਗੇ ਤਾਂ ਐਲਬੀਐਸ ਕਹਿ ਦੇਣਗੇ, ਪਾਊਂਡ ਕਹਿ ਦੇਣਗੇ। ਆਪਾਂ ਦੇਖੀ ਹੋਈ ਨਾ ਸਾਰਿਆਂ ਨੇ ਇੱਦਾਂ ਦੀ ਰੀਲ ਇੱਕ, ਠੀਕ ਹੈ। ਲੈਟਸ ਡੀਬੰਕ ਦੋਸ ਪੀਪਲ, ਠੀਕ ਹੈ। ਜਦੋਂ ਅਸੀਂ ਪ੍ਰੋਟੀਨ ਰਿਕੁਆਇਰਮੈਂਟ ਇਨ ਐਨੀ ਇੰਡੀਵਿਜੁਅਲ ਹਿਊਮਨ ਬੀਂਗ ਦੇਖਦੇ ਹਾਂ ਤੇ ਉਹਦੇ 4 ਪੈਰਾਮੀਟਰਸ ਮੈਂ ਦੇਖੂੰਗਾ। ਨਾਓ ਦਿਸ ਇਜ਼ ਸਮਥਿੰਗ ਦੈਟ ਆਈ ਡੂ, ਠੀਕ ਹੈ। ਕੋਈ ਹੋਰ ਦੂਸਰਾ ਡਾਈਟੀਸ਼ੀਅਨ ਜਿਹੜਾ ਆ, ਦੇ ਮਾਈਟ ਹੈਵ ਸਰਟਨ ਡਿਫਰੈਂਟ ਪੈਰਾਮੀਟਰਸ, ਬਟ ਇਨ ਅ ਨਟਸ਼ੈਲ ਆਹੀ ਚੀਜ਼ਾਂ ਹੋਣਗੀਆਂ। ਫਸਟ ਵਨ ਇਜ਼ ਐਟ ਪ੍ਰੈਜੈਂਟ ਉਸ ਪਰਸਨ ਦਾ ਵੇਟ ਕਿੰਨਾ ਆ, ਐਂਡ ਉਹਦਾ ਬਾਡੀ ਸਟਰਕਚਰ ਕਿੱਦਾਂ ਦਾ, ਠੀਕ ਹੈ। ਸੈਕੰਡ ਵਿਲ ਬੀ ਉਹਦਾ ਜੈਂਡਰ, ਠੀਕ ਹੈ। ਥਰਡ ਵਿਲ ਬੀ ਲਾਈਫ ਸਟਾਈਲ ਕਿੱਦਾਂ ਦਾ ਉਹ ਪਰਸਨ ਜਿਉਂਦਾ ਆ, ਐਂਡ ਚੌਥਾ ਜਿਹੜਾ ਆ ਉਹਦੀ ਥੈਰਾਪਿਊਟਿਕ ਨੀਡਸ ਕੀ ਆ, ਵੀ ਅਗਰ ਉਹ ਪੇਸ਼ੈਂਟ ਆ, ਅਗਰ ਉਹ ਬਿਮਾਰ ਆ, ਤਾਂ ਉਹਦੀ ਬਾਡੀ ਦੀ ਨੀਡਸ ਕਿੱਦਾਂ ਦੀ ਆ। ਨੈਕਸਟ ਸਲਾਈਡ। ਓਕੇ, ਸੋ ਦਿਸ ਇਜ਼ ਅ ਨੋਰਮਲ ਰੈਪ੍ਰਜੈਂਟੇਸ਼ਨ ਆਫ ਹਿਊਮਨ ਫਿਜ਼ਿਕਸ, ਮੇਲਸ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਹੁਣ ਮੈਂ ਇਹਦੇ 'ਚ ਇੱਕ ਟਵਿਸਟ ਪਾਉਣ ਲੱਗਾ ਹਾਂ, ਬੜਾ ਛੋਟਾ। ਤੁਸੀਂ ਥੱਲੇ ਦੇਖਦੇ ਹਾਂ ਦਾ ਫਸਟ ਪਿਕਚਰ ਓਵਰ ਹੇਅਰ, ਵੈਰੀ ਲੀਨ ਸਕਿਨੀ ਗਾਏ, ਹੀ 6 ਫੁੱਟ 2,
ਸੈਕਿੰਡ ਤੇ ਥੋੜਾ ਲੀਨ ਮਸਕੂਲਰ ਐਥਲੈਟਿਕ ਗਾਏ ਆ 5'11" ਦੀ ਹਾਈਟ ਦੇ ਨਾਲ। ਉਸ ਤੋਂ ਬਾਅਦ 5'9" ਤੇ ਆ ਗਿਆ ਪਰਟੀਕੁਲਰ ਡੈਡ ਬੋਡ, ਜਿਹੜੇ ਬੰਦੇ ਦੀ ਨੋਰਮਲ ਬੋਡੀ ਹੈ, ਆਪਾਂ ਵਰਕਆਊਟ ਨਹੀਂ ਕਰਦਾ ਜਾਂ ਜਿੱਦਾਂ ਵੀ ਹੈ, ਵੀ ਓਵਰਆਲ ਠੀਕ ਆ, ਮੋਟਾ ਵੀ ਨਹੀਂ ਆ ਪਤਲਾ ਵੀ ਨਹੀਂ ਹੈ। ਫਿਰ ਆ ਗਿਆ ਯਾਰ ਆਹ ਇਮੇਜ ਨਾ ਮੈਨੂੰ ਜਦੋਂ ਮੈਂ ਲਾ ਰਿਹਾ ਸੀ PPT 'ਚ ਉਦੋਂ ਵੀ ਫੇਕ ਜੀ ਲੱਗ ਰਹੀ ਸੀ, ਠੀਕ ਹੈ, ਬਟ ਸਟਿਲ ਅਚੀਵੇਬਲ ਆ, ਕਈ ਲੋਕ ਮਿਹਨਤ ਕਰਦੇ ਆ। ਦਿਸ ਗਾਈ ਇਜ਼ ਸੁਪਰ ਮਸਕੂਲਰ ਵਿਦ ਹੈਵੀ ਮਸਲਸ। ਹੁਣ ਇਹਦੇ 'ਚ ਤੇ ਇਹਦੇ 'ਚ ਵਿਜ਼ੀਬਲ ਡਿਫਰੈਂਸ ਦਿਖ ਰਿਹਾ ਨਾ, ਦਿਸ ਗਾਈ ਇਜ਼ ਲੀਨ ਵਿਦ ਮਸਕੂਲਰ ਬੋਡੀ, ਦਿਸ ਗਾਈ ਇਜ਼ ਬਫਡ ਅਪ ਵਿਦ ਮਸਕੂਲਰ ਬੋਡੀ, ਬਟ ਇਹਦੀ ਹਾਈਟ ਘੱਟ ਆ ਵਿਚਾਰੇ ਦੀ, ਠੀਕ ਹੈ। ਵੈਸੇ ਵੇਟ ਚੱਕਣ ਨਾਲ ਹਾਈਟ ਨਹੀਂ ਘੱਟਦੀ, ਠੀਕ ਹੈ, ਹੁਣ ਇਹ ਨਾ ਸੋਚਿਓ ਕਿ ਮੈਂ ਇੱਥੇ ਕਹਿ ਤਾ ਵੀ ਜੇ ਜ਼ਿਆਦਾ ਬੋਡੀ ਬਣਾ ਲਈ ਤਾਂ ਹਾਈਟ ਛੋਟੀ ਰਹਿ ਜੂਗੀ, ਇੱਦਾਂ ਨਹੀਂ ਹੈ। ਐਂਡ ਲਾਸਟ ਇਜ਼ 5'5" ਦਾ ਇੱਕ ਓਬੀਸ ਪਰਸਨ। ਮੈਂ ਕਹਿੰਦਾ ਲੈਟ ਸੇ ਇਨ ਅ ਸਨੈਰੀਓ, ਇਮੈਜਿਨਰੀ ਸਨੈਰੀਓ, ਇਹਨਾਂ ਸਾਰਿਆਂ ਦਾ ਹੀ ਵੇਟ ਜਿਹੜਾ 75 kg ਆ, ਹੋ ਸਕਦਾ ਪਤਲਾ ਸਕਿਨੀ ਲੰਬਾ 6'2", ਮੇਰੇ ਤੋਂ ਵੀ 1 ਇੰਚ ਲੰਬਾ, 75 kg ਵੇਟ ਹੋ ਸਕਦਾ ਉਹਦਾ। ਅਗਰ ਇਹ ਬੰਦਾ ਆ ਇਹ 5'11", ਇਹਦਾ ਵੀ 75 ਵੇਟ ਹੋ ਸਕਦਾ, ਇਹਦਾ ਵੀ 75 ਵੇਟ ਹੋ ਸਕਦਾ। ਹੁਣ ਇਹਦੀ ਬੋਡੀ ਮਸਲ ਮਾਸ ਇੰਨਾ ਜ਼ਿਆਦਾ ਆ ਬੋਡੀ ਤੇ, ਮਸਲ ਜਿੰਨੇ ਵੱਡੇ ਆ ਪਰ ਹਾਈਟ ਛੋਟੀ ਆ, ਸੋ ਇਹ ਵੀ 75 kg ਹੋ ਸਕਦਾ। ਐਂਡ ਲਾਸਟ ਜਿਹੜਾ ਓਬੀਸ ਪਰਸਨ ਆ, ਜਿਹੜਾ ਬਹੁਤ ਹੀ ਵੇਸਟ ਲਾਈਨ ਤੋਂ ਸਾਰੇ ਪਾਸਿਆਂ ਨੂੰ ਜਿਹੜਾ ਆ ਓਬੀਸ ਆ, ਬਹੁਤ ਜ਼ਿਆਦਾ ਬੋਡੀ 'ਚ ਫੈਟ ਜਮ੍ਹਾਂ ਕਰੀ ਬੈਠਾ, ਅਗਰ ਉਹਦੀ ਵੀ ਹਾਈਟ ਘੱਟ ਆ ਤਾਂ ਉਹ ਵੀ 75 ਹੋ ਸਕਦਾ। ਸੋ ਉਸ ਪਰਟੀਕੁਲਰ ਰੀਲ ਦੀ ਗੱਲ ਕਰੀਏ ਜਿਹਦੇ 'ਚ ਉਹ ਬੰਦੇ ਨੇ ਕਿਹਾ ਕਿ ਅਗਰ ਤੁਹਾਨੂੰ ਬੋਡੀ ਤੁਸੀਂ ਜਿਮ ਕਰਦੇ ਆ ਜਾਂ ਵਟ ਐਵਰ ਕਰਦੇ ਆ, ਤੁਹਾਨੂੰ 1.2 gram ਪ੍ਰੋਟੀਨ ਪਰ kg ਚਾਹੀਦਾ। ਮੈਨੂੰ ਦੱਸੋ ਕੀ ਇਹਨਾਂ ਸਾਰਿਆਂ ਨੂੰ 1.2 gram ਪਰ kg ਚਾਹੀਦਾ? ਪ੍ਰੋਟੀਨ ਯੂਜ਼ ਕਿਹਨੇ ਕਰਨਾ? ਸਾਡੀ ਬੋਡੀ ਨੇ ਤਾਂ ਸਾਡੇ ਮਸਲਸ ਨੇ, ਫੈਟ ਨੇ ਤਾਂ ਪ੍ਰੋਟੀਨ ਨਹੀਂ ਨਾ ਯੂਜ਼ ਕਰਨਾ। ਹੁਣ ਆਹ ਵਿਚਾਰੇ ਕੋਲ ਮਸਲ ਘੱਟ ਆ, ਇਹ ਕੀ ਕਰੂਗਾ ਪ੍ਰੋਟੀਨ 1.2 gram ਖਾ ਕੇ? ਮਸਲ ਹੀ ਹੈ ਨਹੀਂ, ਬੋਡੀ ਜਿੰਨਾ ਯੂਜ਼ ਕਰੇਗੀ ਕਰੇਗੀ ਪਰ ਮਸਲ ਤਾਂ ਨਹੀਂ ਨਾ ਹੈਗੇ ਯੂਜ਼ ਕਰਨ। ਚਲੋ ਆਹ ਪਰਸਨ ਯੂਜ਼ ਕਰ ਲਏਗਾ, ਠੀਕ ਹੈ, ਨੰਬਰ 4 ਵਾਲਾ ਪਰਸਨ ਵੀ ਯੂਜ਼ ਕਰ ਲੂਗਾ, ਇਹਨੇ ਕੀ ਕਰਨਾ ਇੰਨਾ ਪ੍ਰੋਟੀਨ ਖਾ ਕੇ? ਨਾ ਉਹਨੇ ਵਰਕਆਊਟ ਕਰਨਾ, ਅਗਲੇ ਨੇ ਕੰਮ ਕਰਨਾ, ਆ ਕੇ ਬੀਅਰ ਪੀਣੀ, ਸ਼ਾਮ ਨੂੰ ਸੌਂ ਜਾਣਾ, ਖਾਣਾ ਖਾ, ਉਹਨੇ ਕੀ ਕਰਨਾ ਪ੍ਰੋਟੀਨ? ਅੱਛਾ ਆਹ ਪਰਸਨ ਹੈਵੀ ਲਿਫਟਿੰਗ ਕਰਦਾ, ਸੁਪਰ ਹਾਰਡ ਵਰਕ ਕਰਦਾ ਜਿਮ 'ਚ, ਇਹਨੂੰ ਤਾਂ ਵੀ 1.2 ਤੋਂ ਜ਼ਿਆਦਾ ਚਾਹੀਦਾ, ਇਹਨੂੰ ਜ਼ਿਆਦਾ ਚਾਹੀਦਾ ਹੋ। ਐਂਡ ਉਹ ਲਾਸਟ ਵਾਲਾ ਜਿਹੜਾ ਲੰਮਾ ਪਿਆ ਚਿਪਸ ਦਾ ਪੈਕਟ ਖੋਲ ਕੇ ਬੈਠਾ ਸੋਫੇ ਤੇ, ਨੈਟਫਲਿਕਸ ਦੇਖੀ ਜਾ ਰਿਹਾ, ਉਹਨੂੰ ਚਾਹੀਦਾ 1.2 gram, ਪਰ ਸਾਰਿਆਂ ਦਾ ਵੇਟ ਕਿੰਨਾ ਆ? 75। ਉਹ ਰੀਲ ਵਾਲੇ ਬੰਦੇ ਕਹਿ ਰਹੇ ਆ ਸਾਰਿਆਂ ਨੂੰ 1.2 gram ਪਰ kg ਵੇਟ ਦੇ ਹਿਸਾਬ ਨਾਲ ਖਾਣਾ ਚਾਹੀਦਾ। ਇਜ਼ ਇਟ ਟਰੂ? ਇਜ਼ ਇਟ, ਡਸ ਇਟ ਮੇਕ ਸੈਂਸ? ਸੈਂਸ ਬਣਦੀ ਕੋਈ ਗੱਲ ਦੀ? ਹੁਣ ਅੱਜ ਤੋਂ ਬਾਅਦ ਪੁੱਛਿਓ ਨਾ ਮੈਨੂੰ ਵੀ ਮੈਨੂੰ ਕਿੰਨਾ ਪ੍ਰੋਟੀਨ ਚਾਹੀਦਾ। ਇਹ ਚੀਜ਼ ਤੁਹਾਡੇ ਤੇ ਵੀ ਸਭ ਤੇ ਐਪਲੀਕੇਬਲ ਆ, ਠੀਕ ਹੈ, ਕਿ ਮੈਨੂੰ ਕਿੰਨਾ ਪ੍ਰੋਟੀਨ, ਤੁਹਾਨੂੰ ਕਿੰਨਾ ਪ੍ਰੋਟੀਨ ਚਾਹੀਦਾ ਆ। ਇਹਦੇ ਲਈ ਆਪਾਂ ਪਿਛਲੀ ਸਲਾਈਡ ਵਾਲੇ ਪੈਰਾਮੀਟਰਸ, ਵੇਟ, ਜੈਂਡਰ, ਲਾਈਫ ਸਟਾਈਲ, ਇਹਨਾਂ ਨੂੰ ਪਹਿਲਾਂ ਸਮਝਾਂਗੇ, ਦੈਨ ਡਿਸਾਈਡ ਕਰਾਂਗੇ ਤੁਹਾਨੂੰ ਕਿੰਨਾ ਪ੍ਰੋਟੀਨ ਚਾਹੀਦਾ। ਇੱਦਾਂ ਹੀ ਹਵਾ 'ਚ ਤੁੱਕੇ ਨਹੀਂ ਆਪਾਂ ਮਾਰ ਸਕਦੇ, ਠੀਕ ਹੈ। ਨੈਕਸਟ ਸਲਾਈਡ। ਹੁਣ ਆ ਗਿਆ ਜੈਂਡਰ ਰਿਕੁਆਇਰਮੈਂਟ। ਇਨ ਨੋ ਕੰਟੈਕਸਟ ਆਈ ਐਮ ਸੇਇੰਗ ਕਿ ਕੁੜੀਆਂ ਜਿਹੜੀਆਂ ਉਹ ਮੁੰਡਿਆਂ ਨਾਲੋਂ ਕਮਜ਼ੋਰ ਹੁੰਦੀਆਂ ਆ, ਠੀਕ ਹੈ। ਹੁਣ ਜੇ ਤੁਸੀਂ ਇੱਥੇ ਮੈਚ ਕਰਾ ਦਿਓ ਯਾਰ ਕਿਸੇ ਫੀਮੇਲ ਰਸਲਰ ਦੇ ਨਾਲ ਮੇਰਾ, ਹੈ ਰਿਤੂ ਫੋਗਾਟ ਨੂੰ ਲੈ ਆਓ ਤੁਸੀਂ, ਉਹ ਤਾਂ ਮੈਨੂੰ ਧੱਕਾ ਮਾਰ ਦੇਣਾ, ਪੌੜੀਆਂ ਤੋਂ ਥੱਲੇ ਲਿਫਟ ਵੀ ਨਹੀਂ ਯੂਜ਼ ਕਰਨ ਦੇਣੀ, ਹੈ ਨਾ। ਉਹ ਇੱਕ ਟ੍ਰੇਨਡ ਫੀਮੇਲ ਆ, ਠੀਕ ਹੈ, ਬਟ ਇਨ ਜਨਰਲ ਕੰਟੈਕਸਟ ਅਸੀਂ ਕਿਉਂ ਕਹਿ ਦਿੰਦੇ ਹਾਂ ਵੀ ਕੁੜੀਆਂ ਜਿਹੜੀਆਂ ਆ ਇਹ ਮੇਲਸ ਨਾਲੋਂ ਕਮਜ਼ੋਰ ਆ? ਇਹਦੇ ਪਿੱਛੇ ਸਾਇੰਸ ਆ, ਇਹਦੇ ਪਿੱਛੇ ਸਾਡੇ ਜੈਨੇਟਿਕਸ ਆ। ਉਹ ਜੈਨੇਟਿਕਸ ਇੱਥੇ ਐਕਸਪਲੇਨ ਆ ਵੀ ਮੇਲ ਬੋਡੀ 'ਚ 45% ਮਸਲ ਟਿਸ਼ੂ ਆ। ਹੁਣ ਸਟਰੈਂਥ ਤੇ ਐਕਸਪਲੋਜ਼ਿਵ ਪਾਵਰ ਕਿਹਨੇ ਜਨਰੇਟ ਕਰਨੀ ਆ? ਮਸਲਸ ਨੇ। ਤੇ ਫੀਮੇਲਸ ਦੇ ਵਿੱਚ ਜਿਹੜਾ 36% ਜਿਹੜਾ ਆ ਪ੍ਰੋਟੀਨ ਮਸਲ ਰੇਸ਼ੋ ਆ,
ਸੋ ਇਸ ਕਰਕੇ ਜਿਹੜਾ ਆ ਮੇਲਸ ਦੀ ਸਟਰੈਂਥ ਫੀਮੇਲਸ ਨਾਲੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ ਅਗਰ ਬਾਕੀ ਸਾਰੀਆਂ ਚੀਜ਼ਾਂ ਬਰਾਬਰ। ਅਗਰ ਜਿਹੜੇ ਤੁਹਾਡੇ 'ਚ ਜਿਮ ਜਾਂ ਐਕਸਰਸਾਈਜ਼ ਵੀ ਕਰਦੇ ਆ ਤੁਸੀਂ ਵੀ ਨੋਟਿਸ ਕੀਤਾ ਹੋਣਾ ਲੜਕੇ ਉੱਥੇ ਹੈਵੀ ਲਿਫਟਿੰਗ ਕਰ ਲੈਂਦੇ ਆ ਪਰ ਲੜਕੀਆਂ ਇੰਨਾ ਹੈਵੀ ਲਿਫਟ ਨਹੀਂ ਕਰ ਪਾਉਂਦੀਆਂ ਜਾਂ ਲੜਕਿਆਂ ਦੀ ਬੋਡੀ ਜ਼ਿਆਦਾ ਮਸਕੁਲਰ ਗਰੋ ਹੋ ਜਾਂਦੀ ਆ ਪਰ ਲੜਕੀਆਂ ਦੀ ਇੰਨੀ ਜ਼ਿਆਦਾ ਵੱਡੇ ਮਸਲਸ ਨਹੀਂ ਬਣਦੇ ਬੋਡੀ ਦੇ ਕਿਉਂ ਕਿਉਂਕਿ ਉਹਨਾਂ ਦਾ ਫਰੋਮ ਸਟਾਰਟਿੰਗ ਜਿਹੜਾ ਆ ਮਸਲ ਵੇਟ ਜਾਂ ਲੀਨ ਮਸਲ ਟਿਸ਼ੂ ਜਿਹੜਾ ਉਹਦੀ ਪਰਸੈਂਟੇਜ ਘੱਟ ਹੈ। ਠੀਕ ਹੈ ਫੈਟ ਪਰਸੈਂਟੇਜ ਜਿਹੜੀ ਹੁੰਦੀ ਆ ਉਹ ਲੜਕੀਆਂ 'ਚ ਜ਼ਿਆਦਾ ਹੁੰਦੀ ਆ ਔਰਗਨਸ ਵਗੈਰਾ ਦਾ ਵੇਟ ਜਿਹੜਾ ਉਹ ਸਮਵੇਅਰ ਸਿਮਿਲਰ ਜਾਂ ਮੇਲਸ ਦਾ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਦੈਟ ਇਜ਼ ਵੈਰੀ ਨੈਗਲੀਜੀਬਲ। ਮੇਨ ਚੀਜ਼ ਆ ਮੇਲ ਬੋਡੀ 'ਚ ਪ੍ਰੋਟੀਨ ਜ਼ਿਆਦਾ ਲੀਨ ਮਸਲ ਜ਼ਿਆਦਾ ਆ ਅਤੇ ਅਸੈਂਸ਼ੀਅਲ ਫੈਟ ਨੀਡ ਘੱਟ ਆ। ਫੀਮੇਲਸ ਦੇ ਵਿੱਚ ਅਸੈਂਸ਼ੀਅਲ ਫੈਟ ਦੀ ਨੀਡ ਜ਼ਿਆਦਾ ਆ ਅਤੇ ਲੀਨ ਮਸਲ ਮਾਸ ਘੱਟ ਆ। ਸੋ ਜਿਹਦਾ ਲੀਨ ਮਸਲ ਮਾਸ ਘੱਟ ਹੋਊਗਾ ਕੀ ਉਹਨੂੰ ਜ਼ਿਆਦਾ ਪ੍ਰੋਟੀਨ ਦੀ ਲੋੜ ਪਊਗੀ? ਨਹੀਂ। ਬਟ ਜੇ ਉਹ ਐਕਟਿਵ ਆ ਜੇ ਉਹ ਲੜਕੀ ਕਾਰਡੀਓ ਕਰਦੀ ਜਿਮ ਕਰਦੀ ਸਪ੍ਰਿੰਟਿੰਗ ਕਰਦੀ ਜਾਂ ਕੋਈ ਵੀ ਫਿਟਨੈਸ ਵਾਲੀ ਚੀਜ਼ ਕਰਦੀ ਆ ਪ੍ਰੋਟੀਨ ਤਾਂ ਖਾਣਾ ਪਊਗਾ ਪਰ ਮੇਲਸ ਜਿੰਨਾ ਨਹੀਂ। ਸੇਮ ਹਾਈਟ ਵੇਟ ਬੋਡੀ ਸਟਰਕਚਰ ਦਾ ਅਗਰ ਮਿਲਦੇ ਜੁਲਦੇ ਹਾਈਟ ਵੇਟ ਬੋਡੀ ਸਟਰਕਚਰ ਦਾ ਕੋਈ ਮੇਲ ਹੋਏਗਾ ਉਹਨੂੰ ਪ੍ਰੋਟੀਨ ਵੱਧ ਖਾਣਾ ਪਊਗਾ ਕਿਉਂਕਿ ਮਸਲ ਜ਼ਿਆਦਾ ਆ। ਸੇਮ ਮਿਲਦੀ ਜੁਲਦੀ ਹਾਈਟ ਵੇਟ ਜਾਂ ਐਕਟੀਵਿਟੀ ਲੈਵਲ ਦੀ ਕੋਈ ਫੀਮੇਲ ਹੋਏਗੀ ਉਹਦਾ ਥੋੜ੍ਹੇ ਜਿਹੇ ਘੱਟ ਪ੍ਰੋਟੀਨ ਨਾਲ ਵੀ ਕੰਮ ਉਨਾ ਹੀ ਚੱਲ ਜਾਣਾ। ਠੀਕ ਹੈ ਨੈਕਸਟ ਲਾਈਨ। ਸੋ ਜਸਟ ਟੂ ਗਿਵ ਅ ਵਿਜ਼ੂਅਲ ਰਿਪ੍ਰੈਜੈਂਟੇਸ਼ਨ ਦੀਸ ਟੂ। ਠੀਕ ਹੈ ਨੋ ਵੇ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਦਾ ਵੇਟ ਸੇਮ ਹੋਊਗਾ, ਨੈਚੁਰਲੀ ਇਹਨਾਂ ਦੇ ਵੇਟ 'ਚ ਡਿਫਰੈਂਸ ਆ ਕਾਫੀ ਬਟ ਦੋਨੋਂ ਹੀ ਐਥਲੈਟਿਕ ਆ, ਦੋਨੋਂ ਹੀ ਲੀਨ ਆ, ਦੋਨੋਂ ਹੀ ਵੈਲ ਬਿਲਟ ਆ। ਸੋ ਪ੍ਰੋਟੀਨ ਰਿਕੁਆਇਰਮੈਂਟ ਅਲੱਗ ਹੋਏਗੀ ਕਿਉਂਕਿ ਲੜਕੇ ਦੀ ਬੋਡੀ ਦੇ ਵਿੱਚ ਜਿਹੜਾ ਮਸਲ ਜਿਹੜਾ ਮਾਸ ਆ ਉਹ ਜ਼ਿਆਦਾ ਆ। ਲੜਕੀ ਵੀ ਪੂਰੀ ਫਿੱਟ ਹੈ ਐਥਲੈਟਿਕ ਆ, ਸ਼ੀ ਮਸਟ ਹੈਵ ਕ੍ਰੇਜ਼ੀ ਸਟੈਮਿਨਾ ਬਟ ਪ੍ਰੋਟੀਨ ਰਿਕੁਆਇਰਮੈਂਟ ਲੜਕੇ ਨਾਲੋਂ ਘੱਟ ਆ। ਠੀਕ ਹੈ ਹੋ ਸਕਦਾ ਵਰਕਆਊਟ ਇਕੱਠੇ ਕਰਦੇ ਹੋਵੋਗੇ, ਠੀਕ ਹੈ ਸੇਮ ਸੇਮ ਵਰਕਆਊਟ ਕਰਦੇ ਹੋਣਗੇ ਬਟ ਉਹਦੀ ਰਿਕੁਆਇਰਮੈਂਟ ਘੱਟ ਆ।